ਹੈਲੋ ਐਵਰੀਵਨ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਕਲਾਸ। ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ 10ਵੀਂ ਕਲਾਸ ਦੇ ਵਿੱਚ ਮੈਥਸ ਦੀ ਜਿਹੜੀ ਕਿਤਾਬ ਹੈਗੀ ਹੈ ਉਹਦਾ ਦੂਜਾ ਚੈਪਟਰ, ਜੋ ਕਿ ਹੈਗਾ ਪੋਲੀਨੋਮੀਅਲਸ ਦੇ ਉੱਤੇ। ਠੀਕ ਹੈ, ਇੰਪੋਰਟੈਂਟ ਚੈਪਟਰ ਹੈਗਾ ਤੇ ਅੱਜ ਆਪਾਂ ਇਸ ਦੇ ਵਿੱਚ ਐਕਸਰਸਾਈਜ਼ ਜਿਹੜੀ ਹੈਗੀ ਆ 2.1 ਉਹਦੇ ਬਾਰੇ ਚਰਚਾ ਕਰਾਂਗੇ। ਤਾਂ ਚਲੋ ਸ਼ੁਰੂ ਕਰਦੇ ਹਾਂ। ਇੱਥੇ ਇੱਕ ਸਵਾਲ ਦਿੱਤਾ ਹੋਇਆ ਤੇ ਸਵਾਲ ਦੇ ਵਿੱਚ ਇਹ ਪੁੱਛਿਆ ਗਿਆ ਸਾਨੂੰ, ਜਿਹੜਾ ਪਹਿਲਾ ਕੁਐਸਚਨ ਹੈਗਾ ਵੀ ਇਹ ਗ੍ਰਾਫ ਦਿੱਤਾ ਹੋਇਆ ਜਿਹਦੇ ਵਿੱਚ P ਇਜ਼ ਇਕੁਅਲ ਟੂ y x, x ਦੀ ਕੋਈ ਵੀ ਟਰਮ ਹੋ ਸਕਦੀ ਹੈ। ਠੀਕ ਹੈ, y, ਇਹ ਜਿਹੜੀ y ਹੈਗੀ ਆ ਇਹ ਵਾਲਾ, ਇਹਦੀ ਵੈਲਿਊ ਆਪਾਂ ਕਿਵੇਂ ਕੱਢਾਂਗੇ ਵੀ ਇੱਕ ਲਾਈਨ ਦਿੱਤੀ ਹੋਈ ਹੈ ਉਹਦੇ ਵਿੱਚ x ਦੀ ਵੈਲਿਊ ਜਿਵੇਂ ਜਿਵੇਂ ਪਾਵਾਂਗੇ ਉਵੇਂ ਉਵੇਂ ਸਾਡੇ ਕੋਲ y ਦੀ ਵੈਲਿਊ ਆ ਜਾਂਦੀ ਹੈ। ਠੀਕ ਹੈ, ਸਾ ਇੱਥੇ ਸਾਨੂੰ ਇਹ ਦੱਸਣਾ ਹੈਗਾ ਵੀ ਨੰਬਰ ਆਫ ਜ਼ੀਰੋਜ਼ ਆਫ ਪੀ ਐਕਸ ਕਿੰਨੇ ਹੈਗੇ ਨੇ। ਅਲੱਗ ਅਲੱਗ ਗ੍ਰਾਫ ਦਿਖਾਇਆ ਹੋਇਆ, ਉਹਦੇ ਵਿੱਚ ਤੁਸੀਂ ਦੱਸਣਾ ਵੀ ਨੰਬਰ ਆਫ ਜ਼ੀਰੋਜ਼ ਆਫ ਪੀ ਐਕਸ ਕਿੰਨੇ ਹੈਗੇ ਨੇ। ਦੇਖੋ ਇਹ ਜਿਹੜਾ ਗ੍ਰਾਫ ਹੈਗਾ, ਇਹ ਵਾਲੀ ਜਿਹੜੀ ਹੈਗੀ ਹੈ ਇਹਨੂੰ ਆਪਾਂ ਐਕਸ ਐਕਸਿਸ ਕਹਿੰਦੇ ਹਾਂ, ਇਹ ਚੀਜ਼। ਇਹ ਵਾਲੀ ਹੁੰਦੀ ਹੈ ਵਾਈ ਐਕਸਿਸ। ਹੁਣ ਤੁਹਾਨੂੰ ਇੱਕ ਗੱਲ ਇੱਥੇ ਬੜੇ ਧਿਆਨ ਦੇ ਨਾਲ ਸਮਝਣੀ ਪਏਗੀ। ਸਵਾਲ ਦੇ ਵਿੱਚ ਪੁੱਛਿਆ ਜ਼ੀਰੋਜ਼ ਆਫ ਪੀ ਐਕਸ। ਜਦ ਮੈਂ ਕਹਿੰਦੀ ਹਾਂ ਜ਼ੀਰੋਜ਼ ਆਫ ਪੀ ਐਕਸ, ਮਤਲਬ ਇਹ ਜਿਹੜਾ ਐਕਸ ਐਕਸਿਸ ਹੈਗੀ ਹੈ, ਇਹ ਜਿਹੜੀ ਦਿੱਤੀ ਹੋਈ ਹੈ ਕੋਈ ਵੀ ਲਾਈਨ 'ਚ ਦਿੱਤੀ ਹੋਈ ਹੈ, ਜਿੰਨੀ ਵਾਰ ਉਹ ਐਕਸ ਐਕਸਿਸ ਨੂੰ ਕੱਟੇਗੀ ਉਹ ਸਾਡਾ ਹੋ ਜਾਏਗਾ ਜ਼ੀਰੋਜ਼ ਆਫ ਪੀ ਐਕਸ। ਹੁਣ ਤੁਸੀਂ ਇਸ ਇਕੁਏਸ਼ਨ ਦੇ ਵਿੱਚ ਜਾਂ ਇਸ ਕੁਐਸਚਨ ਦੇ ਵਿੱਚ ਧਿਆਨ ਨਾਲ ਦੇਖੋ, ਇਹ ਸਾਡੀ ਐਕਸ ਐਕਸਿਸ ਹੈਗੀ ਆ। ਠੀਕ ਹੈ, ਜ਼ੀਰੋ ਕੱਢਣ ਦੇ ਲਈ ਇਹ ਵਾਲੀ ਲਾਈਨ ਜੋ ਸਾਨੂੰ ਦਿੱਤੀ ਹੋਈ ਹੈ, ਕਿਤੇ ਨਾ ਕਿਤੇ ਤਾਂ ਐਕਸ ਐਕਸਿਸ ਨੂੰ ਕੱਟਣੀ ਚਾਹੀਦੀ ਸੀ ਨਾ, ਮਿਲਣੀ ਚਾਹੀਦੀ ਸੀ ਨਾ ਕਿਸੇ ਨਾ ਕਿਸੇ ਪੁਆਇੰਟ ਤੇ। ਇਹ ਤਾਂ ਕਿਤੇ ਵੀ ਨਹੀਂ ਮਿਲ ਰਿਹਾ, ਤੇ ਇਸੇ ਕਰਕੇ ਇਹਦੇ ਵਿੱਚ ਜੋ ਆਪਾਂ ਆਂਸਰ ਲਿਖਾਂਗੇ, ਜੋ ਵੀ ਆਪਾਂ ਦੱਸਾਂਗੇ ਵੀ ਇਹ ਕਿੰਨੇ ਜ਼ੀਰੋਜ਼ ਹੈਗੇ ਨੇ, ਉਹ ਕੁਝ ਇਸ ਤਰੀਕੇ ਦੇ ਨਾਲ ਆਏਗਾ। ਫਰੋਮ ਦ ਗ੍ਰਾਫ ਇਟ ਇਜ਼ ਕਲੀਅਰ ਦੈਟ ਇਟ ਡਜ਼ ਨਾਟ ਮੀਟ ਐਕਸ ਐਕਸਿਸ ਨੂੰ, ਕਿਤੇ ਵੀ ਨਹੀਂ ਇਹ ਲਾਈਨ ਮਿਲ ਰਹੀ ਨਾ, ਦੇਅਰਫੋਰ ਇਟ ਹੈਜ਼ ਨਿਲ ਨੰਬਰ ਆਫ ਜ਼ੀਰੋਜ਼, ਜਾਂ ਤੁਸੀਂ ਕਹਿ ਸਕਦੇ ਹੋ ਜ਼ੀਰੋ ਨੰਬਰ ਆਫ ਜ਼ੀਰੋਜ਼, ਜਿੱਥੇ ਮਿਲ ਹੀ ਨਹੀਂ ਰਹੀ। ਉਵੇਂ ਹੀ ਇੱਕ ਹੋਰ ਕੁਐਸਚਨ ਟਰਾਈ ਕਰਦੇ ਹਾਂ। ਇਹ ਵਾਲਾ ਕੁਐਸਚਨ ਜੇ ਤੁਸੀਂ ਦੇਖੋ, ਆ ਦੇਖੋ ਆ ਸਾਡੇ ਕੋਲ ਐਕਸ ਐਕਸਿਸ ਹੈ, ਇਹਨੂੰ ਮੈਂ ਲਾਲ ਦੇ ਨਾਲ ਬਣਾ ਦਿੰਦੀ ਹਾਂ। ਹੁਣ ਜਿਹੜੀ ਲਾਈਨ ਆਪਾਂ ਦੇਖ ਰਹੇ ਹਾਂ ਜੋ ਅਸੀਂ ਟਰੈਕ ਕਰਨੀ ਹੈ ਕਿ ਕਿੱਥੇ ਮਿਲ ਰਹੀ ਹੈ, ਆ ਲਾਈਨ ਜਾ ਰਹੀ ਹੈ ਐਕਸ ਐਕਸਿਸ ਨੂੰ, ਇੱਥੇ ਮਿਲ ਰਹੀ ਹੈ ਇੱਕ ਨੰਬਰ, ਇੱਕ ਥਾਂ ਤੇ ਮਿਲ ਰਹੀ ਹੈ, ਦੇਅਰਫੋਰ ਇਟ ਹੈਜ਼ ਓਨਲੀ 1 ਨੰਬਰ ਆਫ ਜ਼ੀਰੋਜ਼। ਇੱਕ ਵਾਰ ਮਿਲ ਰਹੀ ਹੈ ਤੇ ਇੱਕ ਨੰਬਰ ਆਫ ਜ਼ੀਰੋਜ਼ ਆ ਗਏ। ਉਵੇਂ ਹੀ ਇਹ ਵਾਲੀ ਲਾਈਨ ਕਿੱਥੇ ਕਿੱਥੇ ਮਿਲ ਰਹੀ ਹੈ, ਇੱਥੇ ਮਿਲ ਰਹੀ ਹੈ, ਉਹ ਵਾਈ ਐਕਸਿਸ ਨੂੰ ਮਿਲ ਰਹੀ ਹੈ ਦੂਜੀ ਥਾਂ, ਤੇ ਇਹ ਤੀਜੀ ਥਾਂ, ਤਿੰਨ ਥਾਂ ਤੇ ਮਿਲ ਰਹੀ ਹੈ ਐਕਸ ਐਕਸਿਸ ਨੂੰ, ਤੇ ਇਹਦੇ ਵਿੱਚ ਆ ਜਾਣਗੇ 3 ਪੁਆਇੰਟਸ ਤੇ ਮਿਲ ਰਹੀ ਹੈ, ਇਟ ਹੈਜ਼ 3 ਨੰਬਰ ਆਫ ਜ਼ੀਰੋਜ਼। ਸੌਖਾ ਹੋ ਗਿਆ। ਉਸ ਤੋਂ ਬਾਅਦ ਇੱਥੇ ਪੁੱਛਿਆ ਗਿਆ ਹੈ ਐਕਸ ਐਕਸਿਸ ਤੇ ਕਿੰਨੀ ਵਾਰ ਮਿਲ ਰਹੀ ਹੈ, ਆ ਵਾਲੀ ਲਾਈਨ 2 ਵਾਰ ਮਿਲ ਰਹੀ ਹੈ, 2 ਪੁਆਇੰਟਸ 2 ਨੰਬਰ ਆਫ ਜ਼ੀਰੋਜ਼। ਤੇ ਪੰਜਵਾਂ 1 2 3 4, ਚਾਰ ਥਾਵਾਂ ਤੇ ਮਿਲ ਰਹੀ ਹੈ, 4 ਨੰਬਰ ਆਫ ਜ਼ੀਰੋਜ਼ ਹੋ ਗਏ। ਉਹਦੇ ਤੋਂ ਬਾਅਦ ਇੱਥੇ ਦੇਖਦੇ ਹਾਂ, ਧਿਆਨ ਨਾਲ ਦੇਖਦੇ ਹਾਂ, ਇੱਕ ਇਹ ਵਾਲਾ ਪੁਆਇੰਟ 2, ਇੱਕ ਆ ਵਾਲਾ ਪੁਆਇੰਟ 3, ਤਿੰਨ ਥਾਂ ਤੇ ਮਿਲ ਰਹੀ ਹੈ, ਤੇ ਆਪਾਂ ਕਹਾਂਗੇ ਜੀ ਇਹਦੇ ਵਿੱਚ ਕਿੰਨੇ ਹੈਗੇ ਸਾਡੇ ਨੰਬਰ ਆਫ ਜ਼ੀਰੋਜ਼, 3 ਆ ਜਾਣਗੇ। ਠੀਕ ਹੈ, ਮੈਂ ਉਮੀਦ ਕਰਦੀ ਹਾਂ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਵੀ ਕਿਵੇਂ ਸੋਲਵ ਕਰਨਾ ਹੈ। ਉਹਨਾਂ ਨੇ ਸਵਾਲ ਦੇ ਵਿੱਚ ਇਹ ਪੁੱਛਿਆ ਸੀ y ਇਜ਼ ਇਕੁਅਲ ਟੂ p ਆਫ x, ਤੇ ਸਾਨੂੰ ਕੱਢਣਾ ਹੈ ਨੰਬਰ ਆਫ ਜ਼ੀਰੋਜ਼ ਕਿੰਨੇ ਨੇ। ਇਹਦੇ ਲਈ ਨੰਬਰ ਆਫ ਜ਼ੀਰੋਜ਼ ਤਾਂ ਕੱਢੇ ਜਾਣਗੇ, ਜ਼ੀਰੋਜ਼ ਕਿਵੇਂ ਹੋਏਗਾ, ਜਦ y ਦੀ ਵੈਲਿਊ 0 ਹੋ ਜਾਏਗੀ। ਤੇ y ਦੀ ਵੈਲਿਊ 0 ਕਿੱਥੇ ਹੁੰਦੀ ਹੈ ਜੀ, x ਐਕਸਿਸ ਤੇ y ਦੀ ਵੈਲਿਊ 0 ਹੁੰਦੀ ਹੈ। ਤੇ ਇੱਥੇ ਜੇ ਮੈਂ x ਦੀ ਵੈਲਿਊ ਕੋਈ ਵੀ ਪੁੱਟ ਕਰਾਂਗੀ, y ਦੀ ਵੈਲਿਊ ਜਿਹੜੀ ਹੈਗੀ ਹੈ ਉਹ ਆਟੋਮੈਟਿਕਲੀ ਸਾਡੇ ਕੋਲ 0 ਆਣੀ ਚਾਹੀਦੀ ਹੈ। ਉਹ ਕਿੱਥੇ 0 ਆਏਗੀ, ਇੱਕ ਤਰੀਕੇ ਨਾਲ x ਐਕਸਿਸ ਤੇ, ਜਿੱਥੇ ਜਿੱਥੇ ਉਹ ਲਾਈਨ x ਐਕਸਿਸ ਨੂੰ ਮੀਟ ਕਰ ਰਹੀ ਹੈ ਆਪਾਂ ਕਹਾਂਗੇ ਜੀ ਉਨੇ ਨੰਬਰ ਆਫ ਜ਼ੀਰੋਜ਼ ਹੋ ਜਾਣਗੇ।
ਉਮੀਦ ਕਰਦੀ ਹਾਂ ਸਮਝ ਆ ਗਿਆ ਹੋਏਗਾ। ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਜ਼ਰੂਰ ਕਰਿਓ। ਮੈਂ ਹੋਰ ਮੈਥਸ ਦੀ ਵੀਡੀਓਜ਼ ਲੈ ਕੇ ਆਵਾਂਗੀ। ਟਿਲ ਦੈਨ ਟੇਕ ਕੇਅਰ, ਬਾਏ ਬਾਏ।